ਕਹਿੰਦੇ ਕਾ ਜੀ, ਪਰ जी ਮੈਂ ਥੋੜਾ ਰਿਸ਼ਤੇ ਬਾਰੇ ਵੀ ਦੱਸਦਾ ਪਹਿਲਾਂ, ਕਿਉਂਕਿ ਸਾਰਿਆਂ ਨੂੰ ਕੋਈ ਮੈਨੂੰ ਬ੍ਰਦਰ ਕਹਿੰਦੇ ਨੇ, ਕੋਈ ਭਤੀਜਾ, ਮੈਂ ਤੁਹਾਨੂੰ ਕਲੀਅਰ ਕਰ ਦੂੰ ਪਹਿਲਾਂ, जी ਜ਼ਰੂਰੀ ਹੈ। ਸਾਡਾ ਪਿੰਡ ਇੱਕ ਮਾਲਪੀ, ਔਰ ਮੇਰੇ ਦਾਦੀ ਜੀ ਔਰ ਰਾਜ ਜਿਹੜੇ ਮੰਮੀ ਜੀ ਸੀਗੇ, जी ਉਹ ਇੱਕੋ ਪਿੰਡ ਤੋਂ, ਉਹਨਾਂ ਦੇ ਰਿਸ਼ਤੇ ਸੀ। ਇਸ ਕਰਕੇ ਮੇਰੇ ਜੇ ਰਿਸ਼ਤੇ ਦੇ ਸਾਹਮਣੇ ਚਲੀ ਤਾਂ ਮੇਰੇ ਚਾਚੇ ਜੀ ਲੱਗਦੇ ਸੀ, ਪਰ ਮੈਂ ਇਹਨੂੰ ਭਾਈ ਕਹਿ ਕੇ ਬੁਲਾਉਂਦੇ, ਵੀਰ ਕਹਿ ਕੇ ਬੁਲਾਉਂਦਾ ਸੀ। ਜੀ ਤੁਹਾਨੂੰ ਗਾਇਕੀ ਦੇ, ਕਾਫੀ ਹਾਂਜੀ ਜੀ ਜੀ ਬੋਲੋ। ਹਾਂਜੀ ਸਮਾਂ ਉਹਨਾਂ ਨੂੰ ਮੈਂ ਸਪੈਂਡ ਕੀਤਾ, 2002 2000 ਤੋਂ ਲੈ ਕੇ ਤਕਰੀਬਨ 3-4 ਸਾਲ ਸਟੇਜ ਸ਼ੋਅ ਕੀਤੇ ਸੀ। ਜੀ ਔਰ ਜਿੰਨਾ ਵੀ ਰੰਗ ਚੜਿਆ, ਇੱਕ ਜਿਹਨੂੰ ਅੰਨਾ ਪਿਆਰ ਕਹਿੰਦੇ ਹੁੰਦੇ ਨਾ, ਸ਼ਾਇਦ ਮੈਂ ਆਈ ਥਿੰਕ ਕੋਈ ਮੈਨੂੰ ਲੱਗਦਾ ਆਪਣੀ ਵਾਈਫ ਨੂੰ ਜਾਂ ਆਪਣੀ ਗਰਲਫ੍ਰੈਂਡ ਨੂੰ ਉਹਨਾਂ ਪਿਆਰ ਨਹੀਂ ਕੀਤਾ ਜਿੰਨਾ ਮੈਂ ਉਹਨੂੰ ਜਾ ਕੇ ਦੱਸ। ਅੱਜ ਤੱਕ ਮੈਨੂੰ ਹਰ ਰੋਜ਼ ਇਹ ਸੱਚਾਈ ਤੁਹਾਨੂੰ ਦੱਸਣ ਲੱਗੇ ਵੀ ਕੋਈ ਦਿਨ ਮੇਰਾ ਹੁੰਦਾ ਜਿਸ ਦਿਨ ਦਾ ਸੁਪਨਾ ਨਹੀਂ ਹੁੰਦਾ। ਅਸੀਂ ਅੱਜ ਵੀ ਮੈਂ ਸੁਪਨਿਆਂ ਚ ਉਹਨਾਂ ਨਾਲ ਕਿਤੇ ਪ੍ਰੋਗਰਾਮ ਕਰ ਰਿਹਾ ਹੁੰਦਾ, ਮੇਰੀਆਂ ਯਾਦਾਂ ਉਹਨਾਂ ਦੀ ਯਾਦਾਂ ਜੋ ਵੀ ਮੇਰੇ ਨਾਲ ਹਮੇਸ਼ਾ ਜੀ ਮੇਰੇ ਸੀਨੇ ਵਿੱਚ ਨੇ ਹਮੇਸ਼ਾ। ਜੀ ਗਾਇਕੀ ਦੇ ਖੇਤਰ ਚ ਵੀ ਤੁਹਾਨੂੰ ਰਾਜ ਬਰਾੜੀ ਲੈ ਕੇ ਆਏ ਸੀ। ਨਹੀਂ ਜੀ, ਅਸਲ ਵਿੱਚ ਇਹ ਯੋਗਦਾਨ ਮੇਰੀ ਭੂਆ ਜੀ ਦੀ ਲੜਕੀ ਵੀ ਨੇ, ਮੱਖਣ ਜੀ ਜੀ, ਜਿਨ੍ਹਾਂ ਨੇ ਮੈਨੂੰ ਹਾਰਮੋਨੀਅਮ ਪਰ ਹੱਥ ਰੱਖਣਾ ਸਿਖਾਇਆ। ਉਹਨਾਂ ਤੋਂ ਮੈਂ ਸਟਾਰਟ ਉਹਨਾਂ ਤੋਂ ਕੀਤਾ, ਮੈਂ ਉਹਨਾਂ ਨੇ ਮੈਨੂੰ ਸਟਾਰਟ ਕਰਾਇਆ, ਸਿੱਖਿਆ ਉਹਨਾਂ ਤੋਂ, ਬਟ ਮੈਂ ਫੋਲੋ ਰਾਜ ਬਰਾੜੀ ਤੋਂ। ਤੇ ਜਦੋਂ ਤੁਹਾਨੂੰ ਸਿਖਾਉਂਦੇ ਹੁੰਦੇ ਸੀ ਤੇ ਉਦੋਂ ਕਦੇ ਡਾਂਟ ਟੱਪਟ ਵੀ ਪਈ ਹੋਣੀ ਹੈ ਜਾਂ ਪਿਆਰ ਦੇ ਨਾਲ ਹੀ ਸਿੱਖਿਆ ਤੁਸੀਂ? ਕਿਉਂਕਿ ਹਮੇਸ਼ਾ ਆਪਾਂ ਵੀ ਦੇਖਦੇ ਹਾਂ ਕੋਈ ਸਿੱਖਣਾ ਤੇ ਛਿੱਤਰ ਪਲੇਟ ਤੇ ਕਈ ਵਾਰ ਹੋ ਹੀ ਜਾਂਦੀ ਹੈ, ਗਾਲਾਂ ਵੀ ਪੈ ਜਾਂਦੀਆਂ ਨੇ, ਗੁੱਸਾ ਵੀ ਆਪਾਂ ਨੂੰ ਝੱਲਣਾ ਪੈਂਦਾ। ਜੀ ਤਾਂ ਮੈਂ ਆਪਣੇ ਉਸਤਾਦ ਮੱਖਣ ਜੀ ਦੀ ਗੱਲ ਕਰਾਂ ਤਾਂ ਨਹੀਂ, ਜੋ ਦੇਖੋ ਮੈਂ ਉਹਨਾਂ ਦਾ ਨਹੀਂ ਜੋ ਜੋ ਦੇਖੋ ਮੈਂ ਉਹਨਾਂ ਭਰਿਆ, ਮੈਂ ਬਾਪੂ ਜੀ ਲਿਖੇ ਭਰਿਆ, ਬਾਪੂ ਜੀ ਲਿਖਿਆ ਹੋਇਆ ਮੇਰਾ। ਜੀ ਦੂਸਰੀ ਗੱਲ ਰਾਜ ਪ੍ਰਭਾਵ ਦੀ ਗੱਲ ਕਰੀਏ ਤਾਂ ਹਾਂਜੀ, ਤੁਹਾਨੂੰ ਕੁਛ ਨਾ ਕੁਛ ਸਹਿਣਾ ਪੈਂਦਾ, ਜਿੱਦਾਂ ਕਿਸੇ ਪਰਵਾਂ ਜਾਣਾ ਹੁੰਦਾ ਕਈ ਵਾਰੀ, ਤਾਂ ਇੱਕ ਵਾਰੀ ਮੈਨੂੰ ਯਾਦ ਹੈ ਮੈਂ ਕਿਹਾ ਬਾਈ ਜੀ ਮੈਂ ਤੁਹਾਨੂੰ ਪਰਵਾਂ ਤੋਂ ਨਹੀਂ ਜਾ ਸਕਦਾ, ਮੈਨੂੰ ਤਾਂ ਮੈਰਿਜ ਹੈ ਰਿਸ਼ਤੇ ਲਈ, ਤੂੰ ਉੱਥੇ ਜਾਣਾ। ਕਹਿੰਦੇ ਫਿਰ ਇੱਦਾਂ ਕਰ, ਜਾਂ ਤੂੰ ਮੈਰਿਜ ਅਟੈਂਡ ਕਰ ਲੈ ਜਾਂ ਤੂੰ ਗਾਣਾ ਸਿੱਖ। ਬਟ ਮੈਂ ਮੈਰਿਜ ਛੱਡੀ, ਮੈਂ ਸ਼ੋਅ ਤੇ ਗਿਆ ਉਹਨਾਂ ਨਾਲ, ਹਨਾ ਉਹ ਚੀਜ਼ਾਂ ਜੀ ਮੈਨੂੰ ਯਾਦ ਨੇ। ਤੇ ਇੱਕ ਗੱਲ ਮੈਂ ਹੋਰ ਕਲੀਅਰ ਕਰਨੀ ਚਾਹੁੰਦਾ, ਇਹ ਜਿਹੜੀਆਂ ਉਹਨਾਂ ਯਾਦਾਂ, ਜਿਹੜਾ ਮੇਰੇ ਦਿਲ ਚ ਉਹਨਾਂ ਪ੍ਰਤੀ ਪਿਆਰ ਹੈ ਹਮੇਸ਼ਾ ਰਹੂਗਾ, ਕੋਈ ਮੈਥੋਂ ਖੋ ਨਹੀਂ ਸਕਦਾ, ਹਮੇਸ਼ਾ ਮੇਰੇ ਨਾਲ ਜਾਊਗਾ ਜਦ ਤੱਕ ਮੈਂ ਜਿਉਣਾ। ਮੈਂ ਕੋਸ਼ਿਸ਼ ਕਰੂੰਗਾ ਕਿ ਉਹਨਾਂ ਦੀ ਯਾਦਾਂ ਨੂੰ ਬਰਕਰਾਰ ਰੱਖ ਜਦ ਤੱਕ ਮੈਂ ਜਿਉਣਾ। ਪਹਿਲੀ ਗੱਲ ਤਾਂ ਪਿੰਡ ਇੱਕ ਹੈ ਜੀ, ਪਰ ਮੈਂ ਥੋੜਾ ਰਿਸ਼ਤੇ ਬਾਰੇ ਵੀ ਦੱਸਦਾ ਪਹਿਲਾਂ, ਕਿਉਂਕਿ ਸਾਰਿਆਂ ਨੂੰ ਕੋਈ ਮੈਨੂੰ ਬ੍ਰਦਰ ਕਹਿੰਦੇ ਨੇ, ਕੋਈ ਭਤੀਜਾ, ਮੈਂ ਤੁਹਾਨੂੰ ਕਲੀਅਰ ਕਰ ਦੂੰ ਪਹਿਲਾਂ, ਜ਼ਰੂਰੀ ਹੈ। ਸਾਡਾ ਪਿੰਡ ਇੱਕ ਮਾਲਪੀ, ਔਰ ਮੇਰੇ ਦਾਦੀ ਜੀ ਔਰ ਰਾਜ ਜਿਹੜੇ ਮੰਮੀ ਜੀ ਸੀਗੇ, ਜੀ ਉਹ ਇੱਕੋ ਪਿੰਡ ਤੋਂ, ਉਹਨਾਂ ਦੇ ਰਿਸ਼ਤੇ ਸੀ। ਇਸ ਕਰਕੇ ਮੇਰੇ ਰਿਸ਼ਤੇ ਦੇ ਸਾਹਮਣੇ ਚਲੀ ਤਾਂ ਮੇਰੇ ਚਾਚੇ ਜੀ ਲੱਗਦੇ ਸੀ, ਪਰ ਮੈਂ ਇਹਨੂੰ ਭਾਈ ਕਹਿ ਕੇ ਬੁਲਾਉਂਦੇ, ਵੀਰ ਕਹਿ ਕੇ ਬੁਲਾਉਂਦਾ ਸੀ। ਜੀ ਤੁਹਾਨੂੰ ਗਾਇਕੀ ਦੇ, ਹਾਂਜੀ ਜੀ ਜੀ ਬੋਲੋ। ਹਾਂਜੀ ਸਮਾਂ ਉਹਨਾਂ ਨੂੰ ਮੈਂ ਸਪੈਂਡ ਕੀਤਾ, 2002 2000 ਤੋਂ ਲੈ ਕੇ ਤਕਰੀਬਨ 3-4 ਸਾਲ ਸਟੇਜ ਸ਼ੋਅ ਕੀਤੇ ਸੀ। ਔਰ ਜਿੰਨਾ ਵੀ ਰੰਗ ਚੜਿਆ, ਇੱਕ ਜਿਹਨੂੰ ਅੰਨਾ ਪਿਆਰ ਕਹਿੰਦੇ ਹੁੰਦੇ ਨਾ, ਸ਼ਾਇਦ ਮੈਂ ਆਈ ਥਿੰਕ ਕੋਈ ਮੈਨੂੰ ਲੱਗਦਾ ਆਪਣੀ ਵਾਈਫ ਨੂੰ ਜਾਂ ਆਪਣੀ ਗਰਲਫ੍ਰੈਂਡ ਨੂੰ ਉਹਨਾਂ ਪਿਆਰ ਨਹੀਂ ਕੀਤਾ ਜਿੰਨਾ ਮੈਂ ਉਹਨੂੰ ਜਾ ਕੇ ਦੱਸ। ਅੱਜ ਤੱਕ ਮੈਨੂੰ ਹਰ ਰੋਜ਼ ਇਹ ਸੱਚਾਈ ਤੁਹਾਨੂੰ ਦੱਸਣ ਲੱਗੇ ਵੀ ਕੋਈ ਦਿਨ ਮੇਰਾ ਹੁੰਦਾ ਜਿਸ ਦਿਨ ਦਾ ਸੁਪਨਾ ਨਹੀਂ ਹੁੰਦਾ। ਅਸੀਂ ਅੱਜ ਵੀ ਮੈਂ ਸੁਪਨਿਆਂ ਚ ਉਹਨਾਂ ਨਾਲ ਕਿਤੇ ਪ੍ਰੋਗਰਾਮ ਕਰ ਰਿਹਾ ਹੁੰਦਾ, ਮੇਰੀਆਂ ਯਾਦਾਂ ਉਹਨਾਂ ਦੀ ਯਾਦਾਂ ਜੋ ਵੀ ਮੇਰੇ ਨਾਲ ਹਮੇਸ਼ਾ ਜੀ ਮੇਰੇ ਸੀਨੇ ਵਿੱਚ ਨੇ ਹਮੇਸ਼ਾ। ਜੀ ਗਾਇਕੀ ਦੇ ਖੇਤਰ ਚ ਵੀ ਤੁਹਾਨੂੰ ਰਾਜ ਬਰਾੜੀ ਲੈ ਕੇ ਆਏ ਸੀ। ਨਹੀਂ ਜੀ, ਅਸਲ ਵਿੱਚ ਇਹ ਯੋਗਦਾਨ ਮੇਰੀ ਭੂਆ ਜੀ ਦੀ ਲੜਕੀ ਵੀ ਨੇ, ਮੱਖਣ ਜੀ ਜੀ, ਜਿਨ੍ਹਾਂ ਨੇ ਮੈਨੂੰ ਹਾਰਮੋਨੀਅਮ ਪਰ ਹੱਥ ਰੱਖਣਾ ਸਿਖਾਇਆ। ਉਹਨਾਂ ਤੋਂ ਮੈਂ ਸਟਾਰਟ ਉਹਨਾਂ ਤੋਂ ਕੀਤਾ, ਮੈਂ ਉਹਨਾਂ ਨੇ ਮੈਨੂੰ ਸਟਾਰਟ ਕਰਾਇਆ, ਸਿੱਖਿਆ ਉਹਨਾਂ ਤੋਂ, ਬਟ ਮੈਂ ਫੋਲੋ ਰਾਜ ਬਰਾੜੀ ਤੋਂ। ਤੇ ਜਦੋਂ ਤੁਹਾਨੂੰ ਸਿਖਾਉਂਦੇ ਹੁੰਦੇ ਸੀ ਤੇ ਉਦੋਂ ਕਦੇ ਡਾਂਟ ਟੱਪਟ ਵੀ ਪਈ ਹੋਣੀ ਹੈ ਜਾਂ ਪਿਆਰ ਦੇ ਨਾਲ ਹੀ ਸਿੱਖਿਆ ਤੁਸੀਂ? ਕਿਉਂਕਿ ਹਮੇਸ਼ਾ ਆਪਾਂ ਵੀ ਦੇਖਦੇ ਹਾਂ ਕੋਈ ਸਿੱਖਣਾ ਤੇ ਛਿੱਤਰ ਪਲੇਟ ਤੇ ਕਈ ਵਾਰ ਹੋ ਹੀ ਜਾਂਦੀ ਹੈ, ਗਾਲਾਂ ਵੀ ਪੈ ਜਾਂਦੀਆਂ ਨੇ, ਗੁੱਸਾ ਵੀ ਆਪਾਂ ਨੂੰ ਝੱਲਣਾ ਪੈਂਦਾ। ਜੀ ਤਾਂ ਮੈਂ ਆਪਣੇ ਉਸਤਾਦ ਮੱਖਣ ਜੀ ਦੀ ਗੱਲ ਕਰਾਂ ਤਾਂ ਨਹੀਂ, ਜੋ ਦੇਖੋ ਮੈਂ ਉਹਨਾਂ ਦਾ ਨਹੀਂ ਜੋ ਦੇਖੋ ਮੈਂ ਉਹਨਾਂ ਭਰਿਆ ਹੋਇਆ, ਮੈਂ ਬਾਪੂ ਜੀ ਲਿਖਿਆ ਭਰਿਆ, ਬਾਪੂ ਜੀ ਲਿਖਿਆ ਹੋਇਆ ਮੇਰਾ। ਜੀ ਦੂਸਰੀ ਗੱਲ ਰਾਜ ਪ੍ਰਭਾਵ ਦੀ ਗੱਲ ਕਰੀਏ ਤਾਂ ਹਾਂਜੀ, ਤੁਹਾਨੂੰ ਕੁਛ ਨਾ ਕੁਛ ਸਹਿਣਾ ਪੈਂਦਾ, ਜਿੱਦਾਂ ਕਿਸੇ ਪਰਵਾਂ ਜਾਣਾ ਹੁੰਦਾ ਕਈ ਵਾਰੀ, ਤਾਂ ਇੱਕ ਵਾਰੀ ਮੈਨੂੰ ਯਾਦ ਹੈ ਮੈਂ ਕਿਹਾ ਬਾਈ ਜੀ ਮੈਂ ਤੁਹਾਨੂੰ ਪਰਵਾਂ ਤੋਂ ਨਹੀਂ ਜਾ ਸਕਦਾ, ਮੈਨੂੰ ਤਾਂ ਮੈਰਿਜ ਹੈ ਰਿਸ਼ਤੇ ਲਈ, ਤੂੰ ਉੱਥੇ ਜਾਣਾ। ਕਹਿੰਦੇ ਫਿਰ ਇੱਦਾਂ ਕਰ, ਜਾਂ ਤੂੰ ਮੈਰਿਜ ਅਟੈਂਡ ਕਰ ਲੈ ਜਾਂ ਤੂੰ ਗਾਣਾ ਸਿੱਖ। ਬਟ ਮੈਂ ਮੈਰਿਜ ਛੱਡੀ, ਮੈਂ ਸ਼ੋਅ ਤੇ ਗਿਆ ਉਹਨਾਂ ਨਾਲ, ਹਨਾ ਉਹ ਚੀਜ਼ਾਂ ਜੀ ਮੈਨੂੰ ਯਾਦ ਨੇ। ਤੇ ਇੱਕ ਗੱਲ ਮੈਂ ਹੋਰ ਕਲੀਅਰ ਕਰਨੀ ਚਾਹੁੰਦਾ, ਇਹ ਜਿਹੜੀਆਂ ਉਹਨਾਂ ਯਾਦਾਂ, ਜਿਹੜਾ ਮੇਰੇ ਦਿਲ ਚ ਉਹਨਾਂ ਪ੍ਰਤੀ ਪਿਆਰ ਹੈ ਹਮੇਸ਼ਾ ਰਹੂਗਾ, ਕੋਈ ਮੈਥੋਂ ਖੋ ਨਹੀਂ ਸਕਦਾ, ਹਮੇਸ਼ਾ ਮੇਰੇ ਨਾਲ ਜਾਊਗਾ ਜਦ ਤੱਕ ਮੈਂ ਜਿਉਣਾ। ਮੈਂ ਕੋਸ਼ਿਸ਼ ਕਰੂੰਗਾ ਕਿ ਉਹਨਾਂ ਦੀ ਯਾਦਾਂ ਨੂੰ ਬਰਕਰਾਰ ਰੱਖ ਜਦ ਤੱਕ ਮੈਂ ਜਿਉਣਾ।